3 ਸਾਲ ਦੀ ਉਮਰ ਤੋਂ ਹੀ ਮਤਲਬ ਮੈਂ ਸਟੇਜ ਤੇ ਪਰਫਾਰਮ ਕਰਨਾ ਸ਼ੁਰੂ ਕਰਤਾ ਕੀਰਤਨ ਸ਼ੁਰੂ ਕਰਤਾ ਬਾਸ਼ਨ ਸ਼ੁਰੂ ਕਰਤੇ ਫਿਰ ਉਹਦੇ ਵਿੱਚ ਮਹਾਰਤ ਹੁੰਦੀ ਰਹੀ ਹੁੰਦੀ ਗਈ ਸਟੇਜ ਫਿਰ ਮੁੱਕ ਗਿਆ ਫਿਰ ਮਨ ਕੀਤਾ ਕਿ ਹਾਂ ਬਈ ਐਪਰੀਸੀਏਸ਼ਨ ਮਿਲਦੀ ਆ ਕਾਫੀ ਹੈ ਨਾ ਮੋਟੀਵੇਸ਼ਨ ਮਿਲਦੀ ਹੈ ਪਰ ਮਿਊਜ਼ਿਕ ਇੱਕ ਕਲਾ ਜੀ ਇੱਕ ਇਮੋਸ਼ਨ ਹੈ ਨਾ ਜੇ ਆਪਾਂ ਨੂੰ ਗੁੱਸੇ ਨਾਲ ਸਿਵਾਵਾਂਗੇ ਬੱਚਾ ਕਦੀ ਨਹੀਂ ਸਿੱਖੇਗਾ ਪਿਆਰ ਨਾਲ ਮੋਟੀਵੇਟ ਕਰਕੇ ਕਿ ਬੱਚੇ ਤੂੰ ਕਰ ਸਕਦਾ ਹੈ ਸਿਤਾਰ ਇੱਕ ਐਵੇਂ ਦਾ ਸਾਜ ਹੈ ਜਿੱਦੇ ਤੇ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਕਈ ਵਾਰੀ ਤੇ ਪੂੰਗਲਾਂ ਹੀ ਕੱਟ ਕੱਟ ਵੱਜ ਜਾਂਦੇ ਆ ਹੈਨਾ ਪ੍ਰੈਕਟਿਸ ਕਰਨੀ ਪੈਂਦੀ ਆ ਬੱਚੇ ਬਹੁਤ ਬਹੁਤ ਜ਼ਿਆਦਾ ਮੋਟੀਵੇਟ ਹੁੰਦੇ ਕਿ ਆਪਾਂ ਇਨਸਟਰੂਮੈਂਟ ਬੁਝ ਵੱਜਦਾ ਕਿੱਦਾਂ ਮੈਡਮ ਸਿਤਾਰ ਗਿਟਾਰ ਕਿਉਂਕਿ ਸੇਮ ਹੀ ਆ ਜਾਂਦੇ ਆ ਪਰ ਇਹ ਇੱਕ ਆਪਣਾ ਇਹਦੀ ਅਲੱਗ ਪਹਿਚਾਨ ਉਹਦੀ ਅਲੱਗ ਪਹਿਚਾਨ ਬੱਚੇ ਕਹਿੰਦੇ ਮੈਮ ਸਿੱਖ ਸਾਨੂੰ ਵੀ ਸਿਖਾ ਦਿਓ ਕਿਉਂਕਿ ਆਪ ਵੀ ਬੱਚਾ ਕਹਿੰਦਾ ਨਾ ਮੈਨੂੰ ਸਿਖਾ ਦਿਓ ਕਿਵੇਂ ਸਿੱਖਦਾ ਕਿਵੇਂ ਵੱਜਦਾ ਹੈ ਤੇ 12 ਦਿਨਾਂ ਦੀ ਸੀ ਜਦੋਂ ਮੇਰੇ ਮੰਮੀ ਪਾਪਾ ਨੇ ਮੈਨੂੰ ਦਿੱਤਾ ਤਾਂ ਮਮ ਅਖਾਂਂ ਕੀਤਾ ਜਦੋਂ ਇਸ ਬਖਸ਼ੀ ਸੀਗੀ ਤੇ ਉਸ ਤੋਂ ਬਾਅਦ ਹੀ ਕੰਟੀਨਿਊਸਲੀ ਮੈਂ ਦੁਮਾਲਾ ਸਜਾਇਆ ਪਲੱਸ 2 ਦੇ ਵਿੱਚ ਉਸ ਤੋਂ ਬਾਅਦ ਮੇਰਾ ਇਦਾਂ ਹੀ ਕੰਟੀਨਿਊ ਬੱਬੀ ਦੀ ਕਿਰਪਾ ਨਾਈ ਹੈ ਕਿ ਜਿੰਨੀ ਮੈਂ ਸਟੱਡੀ ਕੀਤੀ ਦੁਮਾਲੇ ਦੇ ਵਿੱਚ ਜੀ 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 ਗ੍ਰੈਜੂਏਸ਼ਨ ਬੀਕਾਮ ਬੀਐਡ ਐਮਏ ਸਭ ਕੁਝ ਦੁਮਾਲੇ ਦੇ ਨਾਲ ਹੁਣ ਜੌਬ ਵੀ ਕਰ ਰਹੀ ਹਾਂ ਦੁਮਾਲੇ ਦੇ ਨਾਲ ਕਿ ਬੱਚੇ ਨੇ ਜਿਹੜਾ ਨੈਸ਼ਨਲ ਲੈਵਲ ਤੇ ਇੱਕ ਅਵਾਰਡ ਆਇਆ ਬੱਚੇ ਦਾ ਫਰਸਟ ਆਇਆ ਉਹ ਉਹਦੇ ਪਾਪਾ ਕਹਿੰਦੇ ਸੀ 뮤ਜ਼ਿਕ ਨੂੰ ਛੱਡ ਕੇ ਨਾ ਕੋਈ ਸਪੋਰਟਸ ਲੈ ਲਓ 뮤ਜ਼ਿਕ ਕੀ ਚੀਜ਼ ਆ ਕੀ ਹੈ ਨਾ ਬਾਕੀ ਫਿਰ ਬੱਚੇ ਦਾ ਜਦੋਂ ਦੇਖਿਆ ਕਿ ਪ੍ਰਾਈਜ਼ ਆਇਆ ਬੱਚੇ ਚ ਟੈਲੈਂਟ ਆਇਆ ਹੈ ਨਾ ਬੱਚੇ ਦੀ ਇਮੋਸ਼ਨਸ ਬਾਹਰ ਆਏ 뮤ਜ਼ਿਕ ਦੇ ਥਰੂ ਫਿਰ ਕਾਫੀ ਬੱਚਿਆਂ ਨੇ ਮਤਲਬ ਅਪਣਾਇਆ ਕਿ ਮੈਮ ਅਸੀਂ 뮤ਜ਼ਿਕ ਹੀ ਅਡਾਪਟ ਕਰ ਲਈ ਤੇ 5 ਸਾਲ ਦਾ ਇੱਕ ਕੋਰਸ ਹੁੰਦਾ ਹੈ ਪ੍ਰਾਚਨ ਕਲਾ ਕੇਂਦਰ ਦਾ ਹਨ ਉਹ ਕੀਤਾ ਹੈ ਉਸ ਤੋਂ ਇਲਾਵਾ ਮਨਜੀਤ ਸਾਹਿਬ ਜਿਹੜੇ ਕੰਪੀਟੀਸ਼ਨਸ ਹੁੰਦੇ ਆ ਦਰਬਾਰ ਸਾਹਿਬ ਐਸਜੀਪੀਸੀ ਵੱਲੋਂ ਜੋ ਗੁਰਮਤ ਗਿਆਨ ਦੇ ਸਰਟੀਫਿਕੇਟਸ ਇਹਨੂੰ ਕੁੱਲ ਮਿਲਾ ਕੇ ਕਾਫੀ ਸਰਟੀਫਿਕੇਟਸ ਨੇ ਜੀ 60 70 ਪਲੱਸ ਸਰਟੀਫਿਕੇਟਸ ਨੇ ਸਸ਼ਿਕਾ ਦਸ਼ਕੋ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਰਜੀਤ ਕਾ ਅੱਜ ਅਸੀਂ ਲੁਧਿਆਣੇ ਦੇ ਵਿੱਚ ਪਹੁੰਚੇ ਆ ਤੇ ਕਿ ਇੱਥੇ ਐਸੀ ਪੈਂਡ ਰੰਦੀ ਆ ਜਿਹੜੀ ਕਿ 3 ਸਾਲ ਤੋਂ ਹੀ 뮤직 ਨੂੰ ਆਪਣੀ ਜ਼ਿੰਦਗੀ ਬਣਾਈ ਹੋਈ ਹੈ ਉਹਨਾਂ ਨੇ ਜਿੱਥੇ 뮤직 ਦੇ ਵਿੱਚ ਮੁਹਾਰਤ ਹਾਸਲ ਕੀਤੀ ਉੱਥੇ ਹੀ ਨੈਸ਼ਨਲ ਲੈਵਲ ਤੱਕ ਬੱਚਿਆਂ ਨੂੰ ਟ੍ਰੇਨਿੰਗ ਵੀ ਦਿੰਦੇ ਨੇ ਬੱਚਿਆਂ ਨੂੰ 뮤직 ਦੇ ਵਿੱਚ ਜੋ ਵੀ ਉਹਨਾਂ ਦੇ ਪਸੰਦੀਦਾ ਹੁੰਦਾ ਉਹ ਸੁਖਾ ਕੇ ਨੈਸ਼ਨਲ ਲੈਵਲ ਤੱਕ ਕਈ ਕੰਪੀਟੀਸ਼ਨ ਜਿਹੜੇ ਆ ਉਹਨਾਂ 'ਚ ਵੀ ਭੇਜਦੇ ਨੇ ਸੋ ਐਸੀ ਬੱਚੇ ਜਿਨ੍ਹਾਂ ਨੇ 70 ਤੋਂ 80 ਪਲੱਸ ਸਰਟੀਫਿਕੇਟ ਜਿੱਤੇ ਨੇ ਕਈ ਯੂਥ ਫੈਸਟੀਵਲ ਦੇ ਵਿੱਚ ਪਾਰਟਿਸਿਪੇਟ ਕੀਤਾ ਤੇ ਇਹ ਨਹੀਂ ਕਿ ਹਾਰਮੋਨੀਅਮ ਤੇ ਜਿਹੜਾ ਸਾਡੇ ਤੰਤੀ ਸਾਜ ਸਿਤਾਰ ਰਬਾਬ ਬਹੁਤ ਇਦਾਂ ਦੇ ਸਾਜ ਹੁੰਦੇ ਨੇ ਔਰ ਸਿਤਾਰ ਦੇ ਵਿੱਚ ਮੁਹਾਰਤ ਹਾਸਲ ਕੀਤੀ ਹੋਈ ਆ ਉਹ ਪੁਰਾਤਨ ਸਾਜ ਵੀ ਤੁਹਾਨੂੰ ਦਿਖਾਵਾਂਗੇ ਕਿ ਅੱਜ ਵੀ ਉਹਨਾਂ ਨੇ ਕਿਸ ਤਰ੍ਹਾਂ ਸਾਂਭ ਕੇ ਰੱਖਿਆ ਹੋਇਆ ਤੇ 뮤직 ਦੇ ਵਿੱਚ ਆਨਲਾਈਨ ਕਲਾਸਿਸ ਵੀ ਦਿੰਦੇ ਨੇ ਸੋ ਸਵਾਗਤ ਕਰਦੇ ਇਸ ਭੈਣ ਦਾ ਜਿਨ੍ਹਾਂ ਨੇ ਅੱਜ ਵੀ 뮤직 ਦੇ ਵਿੱਚ ਔਰ ਗੁਰਸਿੱਖ ਹੋਣ ਦੇ ਵਿੱਚ ਤੁਸੀਂ ਦੇਖ ਸਕਦੇ ਗੁਰਸਿੱਖ ਸਜੇ ਹੋਏ ਨੇ ਬੇਸਿਕਲੀ ਅੰਮ੍ਰਿਤਸਰ ਤੋਂ ਬਿਲੋਂਗ ਕਰਦੇ ਨੇ ਪਰ ਇਹਨਾਂ ਦੀ ਜਿਹੜੀ ਮੈਰਿਜ ਆ ਉਹ ਲੁਧਿਆਣਾ ਹੋਈ ਆ ਔਰ ਅੱਜ ਵੀ ਆਪਣੇ ਹਸਬੰਡ ਦੇ ਨਾਲ ਇੱਕ ਸੰਸਥਾ ਚਲਾ ਰਹੇ ਨੇ ਜਿਨ੍ਹਾਂ ਚ ਫ੍ਰੀ ਆਫ ਕਾਸਟ ਉਹ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਨੇ ਤਾਂ ਜੋ 뮤직 ਤੋਂ ਜੋ ਪਛੜੇ ਨੇ ਉਹ 뮤직 ਦੇ ਨਾਲ ਜੁੜ ਸਕਣ ਤੇ ਬੱਚਿਆਂ ਨੂੰ ਜੋੜਨਾ ਕਹਿੰਦੇ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਅਕਸਰ ਤੁਸੀਂ ਦੇਖ ਸਕਦੇ ਹੋ ਕਿ ਸੋਸ਼ਲ ਮੀਡੀਆ ਤੇ ਛੋਟੇ-ਛੋਟੇ ਬੱਚੇ ਹੁੰਦੇ ਨੇ ਕਿਵੇਂ ਟਿਕਟੌਕ ਤੇ ਵੀਡੀਓ ਬਣਾਉਂਦੇ ਨੇ ਗਾਣੇ ਗਾਉਂਦੇ ਨੇ ਇੱਥੋਂ ਤੱਕ ਕਿ ਡਾਂਸ ਵੀ ਕਰਦੇ ਨੇ ਪਰ ਇਸ ਬੱਚੀ ਨੇ ਆਪ ਗੁਰਸਿੱਖ ਹੋ ਕੇ ਤੇ ਬੱਚਿਆਂ ਨੂੰ ਵੀ ਮਿਊਜ਼ਿਕ ਦੇ ਨਾਲ ਜੋੜਿਆ ਸੋ ਗੱਲ ਕਰਾਂਗੇ ਇਹਨਾਂ ਨਾਲ ਪਹਿਲਾਂ ਤਾਂ ਸਵਾਗਤ ਕਰਦੇ ਆ ਰੋਜ਼ਾਨਾ ਸਪੋਕਸਮੈਨ ਦੇ ਮਾਈਕਲ ਜੀ ਕਾਖਾ ਸਾਹਿਬ ਮਾਈਕਲ ਜੀ ਕਿਫਤ ਹੈ ਕਮਲਜੋਤ ਜੀ ਪਹਿਲਾਂ ਤਾਂ ਅਸੀਂ ਇਹ ਹੀ ਜਾਨਣਾ ਚਾਹੁੰਦੇ ਹਾਂ ਕਿ ਤੁਸੀਂ ਮਿਊਜ਼ਿਕ ਲਾਈਨ ਦੇ ਵਿੱਚ ਕਿਵੇਂ ਆਏ ਜਿਥੋਂ ਤੱਕ ਅਸੀਂ ਦੇਖਦੇ ਆ ਤਾਂ ਫਾਈਲ ਸਾਡੇ ਕੋਲੇ ਪਈਆਂ ਹੋਈਆਂ ਜਿਹੜੀਆਂ ਤੁਹਾਡੇ ਸਰਟੀਫਿਕੇਟਾਂ ਨਾਲ ਹੀ ਪਈਆਂ ਹੋਈਆਂ ਮੈਂ 뮤직 ਲਾਈਨ ਜਿਵੇਂ ਮੇਰੇ ਪਾਪਾ 뮤직 ਦੇ ਲਾਈਨ ਦੇ ਵਿੱਚ ਸੀਗੇ ਚਾਚਾ ਜੀ ਸਾਰੀ ਫੈਮਿਲੀ 뮤직 ਦੇ ਵਿੱਚ ਸੀਗੀ ਪੂਆਬ ਜੀ ਸਭ ਸਾਰੇ 뮤직 ਦੇ ਵਿੱਚ ਸੀਗੇ ਤੇ ਉਹਨਾਂ ਨੇ ਛੋਟੀ ਉਮਰ 'ਚ ਮੈਨੂੰ 3 ਸਾਲ ਦੀ ਉਮਰ ਤੋਂ ਹੀ ਲਾ ਦਿੱਤਾ ਪਹਿਲਾਂ ਮੈਂ ਨਹੀਂ ਸੀ ਕਰਦਾ ਕਿ ਛੋਟੇ ਬੱਚੇ ਹੁੰਦੇ ਪਤਾ ਨਹੀਂ ਚੱਲਦਾ ਹੁਣ ਤਾਂ ਚਲੋ ਜ਼ਿੰਦਗੀ ਹੀ ਇਹ ਹੈ ਅਸੀਂ ਇਹ ਵੀ ਸੁਣਿਆ ਕਿ 3 ਸਾਲ ਤੋਂ ਤੁਸੀਂ ਇਸ ਲਾਈਨ ਦੇ ਵਿੱਚ ਲਾਇਏ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਅਗਰ 3 ਸਾਲ ਦੀ ਹੀ ਗੱਲ ਕਰਦੇ ਤੇ ਐਸਾ ਕੀ ਤੁਸੀਂ ਕੀਤਾ ਕਿ ਜਿਹੜਾ ਉਸ ਤੋਂ ਬਾਅਦ ਤੁਸੀਂ ਇਹਨੂੰ ਆਪਣੀ ਜ਼ਿੰਦਗੀ ਹੀ ਬਣਾ ਲਿਆ 3 ਸਾਲ ਦੀ ਉਮਰ ਤੋਂ ਹੀ ਮਤਲਬ ਮੈਂ ਸਟੇਜ ਤੇ ਪਰਫਾਰਮ ਕਰਨਾ ਸ਼ੁਰੂ ਕਰਤਾ ਕੀਰਤਨ ਸ਼ੁਰੂ ਕਰਤਾ ਪਾਠਨ ਸ਼ੁਰੂ ਕਰਤੇ ਫਿਰ ਉਹਦੇ ਵਿੱਚ ਮਹਾਰਤ ਹੁੰਦੀ ਰਹੀ ਹੁੰਦੀ ਗਈ ਸਟੇਜ ਫਿਰ ਮੁੱਕ ਗਿਆ ਫਿਰ ਮਨ ਕੀਤਾ ਕਿ ਹਾਂ ਬਈ ਅਪ੍ਰੀਸੀਏਸ਼ਨ ਮਿਲਦੀ ਆ ਕਾਫੀ ਹੈ ਨਾ ਮੋਟੀਵੇਸ਼ਨ ਮਿਲਦੀ ਫਿਰ ਸ ਦਰਸ਼ਕੋ ਇੱਥੇ ਤੁਹਾਨੂੰ ਖਾਸੀ ਦੱਸਣਾ ਚਾਹਾਂਗੇ ਅਕਸਰ ਘਰ ਦੇ ਵਿੱਚੋਂ ਕਹਿੰਦੇ ਕਿ ਜੇ ਦਾਦਾ ਕਿਸੇ ਲਾਈਨ ਦੇ ਵਿੱਚ ਹੋਵੇ ਤਾਂ ਪਿਤਾ ਨਹੀਂ ਹੁੰਦਾ ਤੇ ਬੱਚੇ ਵੀ ਨਹੀਂ ਹੁੰਦੇ ਪਰ ਇਧਰ ਪੀੜੀਦਰ ਪੀੜੀ 뮤직 ਚੱਲ ਰਿਹਾ ਆ ਜਿਸ ਤਰ੍ਹਾਂ ਦਾਦਾ ਪਰਦਾਦੇ ਤਾਂ ਕਿ ਗੱਲ ਕਰ ਰਹੇ ਨੇ ਕਿ ਉਦੋਂ ਤੋਂ ਹੀ ਇਹਨਾਂ ਦੇ ਘਰ ਦੇ ਵਿੱਚ ਸੰਗੀਤ ਹੈ ਜਿਹੜਾ ਉਹ ਚੱਲ ਰਿਹਾ ਸੀ ਤੇ ਅੱਜ ਇਹ ਵੀ ਸੰਗੀਤ ਦੇ ਵਿੱਚ ਹੀ ਅੱਗੇ ਜਿਹੜੇ ਕਹਿੰਦੇ ਆਪਾਂ ਆਪਣਾ ਪੈਰ ਆ ਉਹ ਤੋੜ ਰਹੇ ਨੇ ਪੈਰ ਦੀ ਪਲੰਗ ਪੋੜ ਰਹੇ ਨੇ ਸੋ ਤੁਸੀਂ ਬੱਚਾ ਵੀ ਸਾਡੇ ਨਾਲ ਬੈਠਾ ਹੋਇਆ ਆ ਔਰ ਅਸੀਂ ਇਹ ਵੀ ਸੁਣਿਆ ਕਿ ਰੀਸੈਂਟਲੀ ਤੁਸੀਂ ਨੈਸ਼ਨਲ ਲੈਵਲ ਤੱਕ ਬੱਚਿਆਂ ਨੂੰ ਪਾਰਟਿਸਪੇਟ ਕਰਕੇ ਤਿਆਰ ਵੀ ਕੀਤਾ ਔਰ ਉਹਦੇ ਚ ਵੀ ਉਹਨਾਂ ਨੇ ਮਹਾਰਤ ਹਾਸਲ ਕੀਤੀ ਆ ਕਿਸ ਤਰੀਕੇ ਦੇ ਨਾਲ ਤੁਸੀਂ ਬੱਚਿਆਂ ਨੂੰ ਜਿਹੜਾ ਕਿ 뮤직 ਸਿਖਾਉਂਦੇ ਹੋ 뮤직 ਇੱਕ ਕਲਾ ਹੈ ਜੀ ਇੱਕ ਇਮੋਸ਼ਨ ਹੈ ਨਾ ਜੇ ਆਪਾਂ ਨੂੰ ਗੁੱਸੇ ਨਾਲ ਸਿਖਾਵਾਂਗੇ ਬੱਚਾ ਕਦੀ ਨਹੀਂ ਸਿੱਖੇਗਾ ਪਿਆਰ ਨਾਲ ਮੋਟੀਵੇਟ ਕਰਕੇ ਕਿ ਬੱਚੇ ਤੂੰ ਕਰ ਸਕਦਾ ਹੁਣ ਦੇਖੋ ਨੈਸ਼ਨਲ ਲੈਵਲ ਤੇ 40 ਸਰਟੀਫਿ 40 ਪ੍ਰਾਈਜ਼ਾਂ ਚੋਂ ਚੌਥੀ ਪ੍ਰਾਈਜ਼ ਮੇਰੇ ਆਏ ਬੱਚਿਆਂ ਨੂੰ ਇਦਾਂ ਮੋਟੀਵੇਟ ਕਰ ਕਰਕੇ ਹਾਂਜੀ ਨੈਸ਼ਨਲ ਲੈਵਲ ਤੇ ਸੁਰ ਕਲਾ ਕੇਂਦਰ ਵੱਲੋਂ ਜੀ ਤੇ ਤੁਸੀਂ ਸੁਣਿਆ ਹੋਊਗਾ ਨਾਮ ਪ੍ਰਾਚਨ ਕਲਾ ਕੇਂਦਰ ਦੇ ਅੰਦਰ ਹੀ ਆਉਂਦਾ ਇਹ ਜੀ ਉੱਥੇ ਕਾਫੀ ਬੱਚਿਆਂ ਨੂੰ ਮਤਲਬ ਮੋਟੀਵੇਟ ਹੀ ਕਰਨਾ ਹੁੰਦਾ ਬੱਚੇ ਨੂੰ ਇੱਕ ਸਕਾਉਂ ਦਾ ਟੈਕਟ ਹੁੰਦਾ ਟੈਕਨੋਲੋਜੀ ਮੈਥਡ ਹੁੰਦਾ ਬੱਚੇ ਨੂੰ ਸਿਖਾਉਂਦਾ ਤੇ ਇਹ ਸਰਟੀਫਿਕੇਟ ਪਏ ਹੋਏ ਸਾਡੇ ਕੋਲ ਤੇ ਇਹ ਕਿਹੜੇ ਕਿਹੜੇ ਤੁਸੀਂ ਪ੍ਰਾਈਜ਼ ਆ ਜਿਹੜੇ ਜਿੱਤੇ ਤੁਹਾਡੇ ਕੋਲ ਸਰਟੀਫਿਕੇਟ ਹੈਗੇ ਹਾਂ ਜੀ ਜੀ ਸੋ ਅਸੀਂ ਦੇਖਣਾ ਵੀ ਚਾਹਾਂਗੇ ਮੇਰਾ ਤਾਂ ਅਕੈਡੈਮਿਕਸ ਆ ਅਕੈਡੈਮਿਕਸ ਵਿੱਚ ਮੇਰੀ ਐਮ ਮਾਸਟਰਸ ਆ ਬੀਏ ਆ 뮤직 ਦੇ ਵਿੱਚ ਹੈ 뮤직 ਦੇ ਵਿੱਚ ਇਹ ਤਾਂ ਅਕੈਡੈਮਿਕਸ ਵਾਲੇ ਨੇ ਸੋ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਬਹੁਤ ਘੱਟ ਹੁੰਦੇ ਨੇ 뮤직 ਤੇ ਪੈਂਦੇ ਤਾਂ ਜ਼ਰੂਰ ਆ ਪਰ ਕਿਤੇ ਆ ਕੇ ਉਹ ਕੁਇਟ ਕਰ ਜਾਂਦੇ ਨੇ ਲੰਮਾ ਸਮਾਂ ਉਸ ਨੂੰ ਨਹੀਂ ਚਲਾਉਂਦੇ ਹੈਗੇ ਆ ਪਰ ਇਸ ਭੈਣ ਨੂੰ ਤੁਸੀਂ ਦੇਖ ਸਕਦੇ ਹੋ ਬਹੁਤ ਸਰਟੀਫਿਕੇਟ ਵੀ ਜਿੱਤੇ ਨੇ ਤੇ ਅਜੇ ਵੀ ਬਸ ਨੇ ਇਹਨਾਂ ਦੀ ਅਜੇ ਵੀ ਸਿੱਖਦੇ ਜਾ ਰਹੇ ਨੇ ਸੋ ਪਹਿਲਾਂ ਤੇਜ਼ੀ ਤੋਂ ਸ਼ੁਰੂਆਤ ਕਰ ਲੈਨੇ ਇਹ ਤੁਹਾਡਾ ਜਿਹੜਾ ਸਰਟੀਫਿਕੇਟ ਆ ਸੋ ਇੱਧਰ ਸੋ ਤੁਸੀਂ ਦਸ਼ਕਾਂ ਦੇ ਵੱਲ ਜ਼ਰੂਰ ਕਰ ਲੋ ਦੱਸ ਦਿਆਂ ਹੋਇਆ ਜੀ ਸੋ ਦਸ਼ਕੋ ਤੁਸੀਂ ਦੇਖ ਸਕਦੇ ਹੋ ਅਸੀਂ ਜ਼ਰੂਰ ਇਹਨਾਂ ਦੀ ਜੋ ਇਹਨਾਂ ਨੇ ਕਹਿ ਸਕਦੇ ਆ ਸਟਰਗਲ ਕਰਕੇ ਕੁਝ ਹਾਸਲ ਕੀਤਾ ਤਾਂ ਜ਼ਰੂਰ ਤੁਹਾਡੇ ਤੱਕ ਵੀ ਸ਼ੇਅਰ ਕਰਨਾ ਚਾਹਾਂਗੇ ਸੋ ਕਿੱਥੋਂ ਕਿੱਥੋਂ ਤੁਸੀਂ ਸਰਟੀਫਿਕੇਟ ਹਾਸਲ ਕੀਤੀ ਹੈ ਗੁਰਬਾਣੀ ਲਾਈਨ ਚ ਵੀ ਇਹ ਸਰਟੀਫਿਕੇਟ ਹਾਸਿਲ ਕੀਤਾ ਕਿਉਂਕਿ ਪਾਪਾ ਡਿਵਿਨਿਟੀ ਟੀਚਰ ਨੇ ਤੇ 5 ਸਾਲ ਦਾ ਇਹ ਕੋਰਸ ਹੁੰਦਾ ਹੈ ਪ੍ਰਾਚਨ ਕਲਾ ਕੇਂਦਰ ਦਾ ਹੈ ਨਾ ਉਹ ਕੀਤਾ ਹੋਇਆ ਹੈ ਉਸ ਤੋਂ ਇਲਾਵਾ ਮੰਜੀਤ ਸਾਹਿਬ ਜਿਹੜੇ ਕੰਪੀਟੀਸ਼ਨਸ ਹੁੰਦੇ ਆ ਦਰਬਾਰ ਸਾਹਿਬ ਐਸਜੀਪੀਸੀ ਵੱਲੋਂ ਜੋ ਗੁਰਮਤ ਗਿਆਨ ਦੇ ਸਰਟੀਫਿਕੇਟਸ ਇਹਨੂੰ ਕੁੱਲ ਮਿਲਾ ਕੇ ਕਾਫੀ ਸਰਟੀਫਿਕੇਟਸ ਨੇ ਜੀ 60 70 ਪਲੱਸ ਸਰਟੀਫਿਕੇਟਸ ਨੇ ਸਿੱਖ ਮਸ਼ਨਰੀ ਦਾ ਸਰਟੀਫਿਕੇਟ ਆ ਤੁਸੀਂ ਸਰਟੀਫਿਕੇਟ ਦੇਖ ਸਕਦੇ ਹੋ ਫਿਰ ਕੰਪੀਟੀਸ਼ਨਸ ਪਹਿਲਾਂ ਕਰਦੇ ਹੁੰਦੇ ਸੀ ਜਿਵੇਂ ਹੁਣ ਤਾਂ ਤੁਸੀਂ ਚਲੋ ਟੀਚਰੋਂ ਸਿਖਾ ਰਹੇ ਹੋ ਤੇ ਸ਼ੁਰੂਆਤ ਕੰਪੀਟੀਸ਼ਨਾਂ ਤੋਂ ਕੀਤੀ ਤੁਸੀਂ ਹਾਂਜੀ ਸ਼ੁਰੂਆਤ ਕੰਪੀਟੀਸ਼ਨਾਂ ਤੋਂ ਹੀ ਹੋਈ ਮੇਰੀ ਕਾਦੀ ਕਾਦੀ ਕੰਪੀਟੀਸ਼ਨ ਮਤਲਬ ਕਿ ਇਕੱਲੇ ਸਿੰਗਿੰਗ ਦੇ ਲਾਈਨ ਦੇ ਵਿੱਚ ਹੀ ਤੁਸੀਂ ਸਿੰਗਿੰਗ ਦੇ ਲਾਈਨ ਦੇ ਵਿੱਚ ਵੀ ਡਿਵਿਨਿਟੀ ਦੇ ਲਾਈਨ ਧਾਰਮਿਕ ਮੁਕਾਬਲਿਆਂ ਦੇ ਵਿੱਚ ਕੁਇਜ਼ ਦੇ ਵਿੱਚ ਅੱਜ ਤਾਂ ਹੁਣ ਗੁਰਮਤ ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਹੁੰਦਾ ਉਹਦੇ ਚੋ ਹਰ ਸਾਲ ਮੇਰੀ ਸਕਾਲਰਸ਼ਿਪ ਆਉਂਦੀ ਰਹੀ ਹੈ ਓਕੇ ਗੁਰਮਤ ਗੰਧਕ ਪੇਪਰ ਹੁੰਦਾ ਸੋ ਇਧਰ ਅਸਿਊਮ ਵੀ ਆ ਜਿਹਦੇ ਵਿੱਚ ਇਹਨਾਂ ਨੇ ਜੋ ਜੋ ਕੀਤਾ ਹੋਇਆ ਸਾਰਾ ਇੱਥੇ ਲਿਖਿਆ ਹੋਇਆ ਇਹ ਵੀ ਤੁਹਾਨੂੰ ਜਲਦ ਦਿਖਾਵਾਂਗੇ ਜੀ ਪੰਜਾਬ ਬੋਰਡ ਸਕੂਲ ਵੱਲੋਂ ਜੋ ਕੰਪੀਟੀਸ਼ਨਸ ਹੁੰਦੇ ਨੇ ਜੀ ਬਾਬਾ ਸੋਚਾ ਸਿੰਘ ਅਕੈਡਮੀ ਵੱਲੋਂ ਵੀ ਜੋ ਬਹੁਤ ਜਵਦੀ ਟਕਸਾਲ ਬਹੁਤ ਫੇਮਸ ਹੈ ਜੀ ਉਸ ਦੇ ਇਲਾਵਾ ਕਾਲਜਿਸ ਸਰਟੀਫਿਕੇਟ ਆ ਯੂਥ ਫੈਸਟੀਵਲਸ ਤੇ ਸਾਰੇ ਨੇ ਅਸੀਂ ਵੀ ਦੇਖਿਆ ਕਿ ਤੁਸੀਂ ਸਤਾਰ ਦੇ ਨਾਲ ਯੂਥ ਫੈਸਟੀਵਲ ਦੇ ਵਿੱਚ ਵੀ ਪਾਰਟਿਸਿਪੇਟ ਕੀਤਾ ਜਿੱਦਿ ਜਿੱਦ 3 ਪ੍ਰਾਈਜ਼ ਵੀ ਤੁਸੀਂ ਜਿੱਤਿਆ ਤੇ ਸਾਡੇ ਨਾਲ ਹੀ ਸਤਾਰ ਵੀ ਪਈ ਹੋਈ ਆ ਤੁਸ ਤੁਹਾਡੇ ਕੋਲ ਜਿਹੜੀ ਹੈਗੀ ਆ ਤੇ ਇਸ ਬਾਰੇ ਵੀ ਤੁਸੀਂ ਜ਼ਰੂਰ ਜਾਣਨਾ ਚਾਹਣਾ ਇਹ ਕਿਵੇਂ ਦਾ ਸਾਜ਼ ਹੈ ਤੇ ਕਿਵੇਂ ਤੁਸੀਂ ਇਹਨੂੰ ਵਜਾਉਂਦੇ ਤੇ ਅੱਗੇ ਪਾਰਟਿਸਿਪੇਟ ਕਰਦੀ ਸੀ ਸਿਤਾਰ ਦੇ ਵਿੱਚ ਜਿਵੇਂ 뮤זיਕ 뮤זיਕ ਦੀ ਲਾਈਨ ਹੀ ਬਹੁਤ ਔਖੀ ਆ ਜੇ ਆਪਾਂ ਦੇਖੀਏ ਤਾਂ ਸਿਤਾਰ ਇੱਕ ਐਵੇਂ ਦਾ ਸਾਜ ਆ ਜਿਹਦੇ ਤੇ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਕਈ ਵਾਰੀ ਤਾਂ ਉਂਗਲਾਂ ਹੀ ਕੱਟ ਕੱਟ ਵੱਜ ਜਾਂਦੇ ਆ ਹੈਨਾ ਪ੍ਰੈਕਟਿਸ ਕਰਨੀ ਪੈਂਦੀ ਆ ਫਿਰ ਤਾਰਾਂ ਨੂੰ ਹੈਨਾ ਔਰ 15 ਦਿਨ ਦੀ ਪ੍ਰੈਕਟਿਸ ਸੀ ਤੁਹਾਡੀ ਜਦੋਂ ਤੁਸੀਂ ਯੂਥ ਫੈਸਟੀਵਲ ਚ ਪਾਰਟਿਸਿਪੇਟ ਕੀਤੀ ਜੀ 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 ਮੇਰੇ ਹਸਬੰਦ ਦਾ ਬਹੁਤ ਸਾਥ ਸੀਗਾ ਕਿਉਂਕਿ ਮੈਰਿਜ ਤੋਂ ਬਾਅਦ ਕਰਨਾ ਬਹੁਤ ਔਖਾ ਹੁੰਦਾ ਹੈ ਬਿਲਕੁਲ ਮਾਸਟਰਸ ਵੀ ਨਾਲ ਮਾਸਟਰਸ 뮤זיਕ ਵੋਕਲ ਦੀ ਸੀ ਤੇ ਮੈਮ ਕਹਿੰਦੇ ਇਥੇ ਨੂੰ ਆਉਂਦਾ ਵਾ ਚਲੋ ਸਿਤਾਰ ਦੇਖ ਲੈਨੇ ਆ 15 ਦਿਨ ਦੀ ਪ੍ਰੈਕਟਿਸ ਨਹੀਂ ਉਹਨਾਂ ਨੇ ਮੈਨੂੰ ਮਤਲਬ ਇੰਨਾ ਨਰਿਸ਼ ਕੀਤਾ ਕਿ ਮੇਰੀ 3rd ਪੋਜੀਸ਼ਨ ਆ ਗਈ ਉਹ ਵੀ ਪੀਯੂ ਯੂਨੀਵਰਸਿਟੀ ਦੇ ਵਿੱਚ ਓਕੇ ਹਾਂਜੀ ਸੋ ਅਸੀਂ ਸਾਜ਼ ਬਾਰੇ ਵੀ ਜਾਣਨਾ ਚਾਹੁੰਦੇ ਆ ਜਰੂਰ ਇਹਨੂੰ ਇਹ ਵੀ ਸੁਣਿਆ ਕਿ ਤੁਹਾਡੇ ਕੋਲ ਹੀ ਪ੍ਰਾਤਨ ਸਾਜ਼ ਹੈਗਾ ਪਹਿਲਾਂ ਤੇ ਇਹ ਹੀ ਜਾਣਨਾ ਚਾਹੁੰਦੇ ਤੁਸੀਂ ਇਹਨੂੰ ਬਾਏ ਕਿੱਥੋਂ ਕੀਤਾ ਮੈਂ ਜੀ ਇਹਨਾਂ ਨੂੰ ਬਾਏ ਕੀਤਾ ਯਤਿਮਖਾਨਾ ਮੈਸਰ ਤੋਂ ਜੀ ਇਹਨਾਂ ਪ੍ਰਾਤਨ ਸਾਜ਼ ਤੁਹਾਨੂੰ ਕਿਵੇਂ ਉੱਥੋਂ ਮਿਲ ਗਿਆ ਮੇਰੇ ਚਾਚਾ ਜੀ ਉੱਥੇ ਤਬਲਾ ਟੀਚਰ ਨੇ ਉਸਤਾਦ ਮਹਿੰਗਾ ਸਿੰਘ ਦੀ ਇੱਕ ਥੇ ਅਕੈਡਮੀ ਆ ਜੀ ਉਹਨਾਂ ਦੇ ਮਤਲਬ ਅੱਗੋਂ ਉਹਨਾਂ ਦੇ ਸ਼ਾਗਿਰਦਾਂ ਨੇ ਹੀ ਇਹਨਾਂ ਨੂੰ ਸਾਮਕਿਆ ਰੱਖਿਆ ਸੀ ਉਹ ਦਿਨ ਦੀ ਨਹੀਂ ਸੀਗੇ ਬਹੁਤ ਜ਼ਿਆਦਾ ਪੁਰਾਤਨਾ ਇਹ ਤੇ ਕਾਫੀ ਸ ਮਤਲਬ ਇਹਨੂੰ ਹੁਣ ਵੱਜਦਾ ਘੱਟਾਂ ਕਿਉਂਕਿ ਕਾਫੀ ਪੁਰਾਤਨ ਹੁੰਦੇ ਕਰਕੇ ਬਾਕੀ ਕਿੰਨੋਂ ਹੋਏਗਾ 100 ਸਾਲ ਪੁਰਾਣਾ ਹਾਂ ਹਾਂਜੀ 100 ਸਾਲ ਪੁਰਾਣਾ ਹੋਏਗਾ ਜੀ ਔਰ ਇਹਦੀ ਚਾਹੀ ਤੁਸੀਂ ਮਿਹਨਤ ਕੀਤੀ ਤੇ ਅੱਜ ਬੱਚਿਆਂ ਨੂੰ ਵੀ ਸਿਖਾ ਰਹੇ ਹੋ ਹਾਂਜੀ ਹਾਂਜੀ ਬੱਚੇ ਵੀ ਚਾਹ ਮ ਹੈਗੇ ਨੇ ਇਹ ਸਿੱਖਣ ਨੂੰ ਕਿ ਸਾਨੂੰ ਵੀ ਸਤਾਰ ਜਿਹੜੀ ਬੱਚੇ ਬਹੁਤ ਬਹੁਤ ਜ਼ਿਆਦਾ ਮੋਟੀਵੇਟ ਹੁੰਦੇ ਕਿ ਆਪਾਂ ਇਨਸਟ੍ਰੂਮੈਂਟ ਬਜ ਬਜਦਾ ਕਿੱਦਾਂ ਮੈਡਮ ਸਤਾਰ ਗਿਟਾਰ ਕਿਉਂਕਿ ਸੇਮ ਹੀ ਆ ਜਾਂਦੇ ਆ ਪਰ ਇਹ ਇੱਕ ਆਪਣਾ ਇਹਦੀ ਅਲੱਗ ਪਹਿਚਾਨ ਉਹਦੀ ਅਲੱਗ ਪਹਿਚਾਨ ਬੱਚੇ ਕਹਿੰਦੇ ਮੈਮ ਸਿੱਖ ਸਾਨੂੰ ਵੀ ਸਿਖਾ ਦਿਓ ਕਿਉਂਕਿ ਆ ਵੀ ਬੱਚਾ ਕਹਿੰਦਾ ਮੈਮ ਇਹਨੂੰ ਸਿਖਾ ਦਿਓ ਕਿਵੇਂ ਸਿੱਖਦਾ ਕਿਵੇਂ ਵੱਜਦਾ ਹੈ ਕਮਜੋ ਤੁਸੀਂ ਸਿੱਖੀ ਸਰੂਪ ਦੇ ਵਿੱਚ ਰਹਿ ਕੇ ਹੀ 뮤זיਕ ਦੇ ਵਿੱਚ ਅੱਗੇ ਜਾ ਰਹੇ ਹੋ ਕਦੇ ਇਦਾਂ ਦਾ ਮੂਡ ਨਹੀਂ ਆਇਆ ਕਿ ਕਿਸੇ ਨੇ ਕਿਹਾ ਹੋਵੇ ਕਿ 뮤זיਕ ਤਾਂ ਇਹੋ ਜਿਹੀ ਲੈਣਾ ਜਿਹਦੇ ਵਿੱਚ ਕਾਫੀ ਫੈਸ਼ਨੇਬਲ ਹੋਣਾ ਪੈਂਦਾ ਹੈ ਔਰ ਉਹ ਸਮੇਂ ਦੇ ਅਕੋਰਡਿੰਗ ਚੱਲਦਾ ਮੈਂ ਕਦੇ ਮੂਡ ਆਇਆ ਇਦਾਂ ਦਾ ਬਹੁਤ ਮੂਡ ਆਇਆ ਜਿਵੇਂ ਯੂਥ ਫੈਸਟੀਵਲਸ ਤੇ ਮੈਨੂੰ ਕਾਫੀ ਓਪਰਚ्युनिटीज ਮਿਲੀਆਂ ਕਿ ਤੂੰ ਗਜ਼ਲ ਕਰ ਲਾ ਜੀ ਠੀਕ ਹੈ ਤੂੰ ਦਮਾਲਾ ਲਾ ਕੇ ਕਰ ਲਾ ਲੋਕੀ ਕਰ ਲੈਂਦੇ ਆ ਮੈਂ ਕਹਿੰਨ ਨਹੀਂ ਮੈਂ ਉਹ ਛੱਡ ਦੂੰਗੀ ਪਰ ਮੈਂ ਆਪਣੀ ਗੁਰਸਿੱਖੀ ਨਹੀਂ ਛੱਡਣੀ 뮤זיਕ ਦੇ ਨਾਲ ਆਪਾਂ ਗੁਰਸਿੱਖੀ ਨੂੰ ਕੈਮ ਕਰ ਸਕਦੇ ਆ ਅਮ੍ਰਿਤ ਕਾ ਜੀ ਤੁਸੀਂ ਚੈੱਕ ਕਰ ਲਓ ਇਸ ਲਾਈਨ ਦੇ ਵਿੱਚ ਆਏ ਜੀ ਮੈਂ 12 ਦਿਨਾਂ ਦੀ ਸੀ ਜਦੋਂ ਮੇਰੇ ਮੰਮੀ ਪਾਪਾ ਨੇ ਮੈਨੂੰ ਅੰਮ੍ਰਿਤ ਦੀ ਦਾਤ ਅਖੰਡ ਕੀਤੀ ਜਦ ਤੇ ਬਖਸ਼ੀ ਸੀਗੀ ਜੀ ਤੇ ਉਸ ਤੋਂ ਬਾਅਦ ਹੀ ਕੰਟੀਨਿਊਸਲੀ ਮੈਂ ਦੁਮਾਲਾ ਸਜਾਇਆ ਪਲੱਸ 2 ਦੇ ਵਿੱਚ ਉਸ ਤੋਂ ਬਾਅਦ ਮੇਰਾ ਇਦਾਂ ਹੀ ਕੰਟੀਨਿਊ ਬੱਬ ਦੀ ਕਿਰਪਾ ਨਾਲ ਆਈਆਂ ਭਾਵੇਂ ਕਿ ਜਿੰਨੀ ਵੀ ਸਟੱਡੀ ਕੀਤੀ ਦੁਮਾਲੇ ਦੇ ਵਿੱਚ ਹੀ ਜੀ 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 ਗ੍ਰੈਜੂਏਸ਼ਨ ਬੀਕੋਮ ਬੀਏ ਐਮਏ ਸਭ ਕੁਝ ਦੁਮਾਲੇ ਦੇ ਨਾਲ ਹੀ ਹੁਣ ਜੌਬ ਵੀ ਕਰ ਰਹੀ ਹਾਂ ਦੁਮਾਲੇ ਦੇ ਨਾਲ ਹੀ ਜੀ 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 ਤੇ ਬੱਚਿਆਂ ਨੂੰ ਫਿਰ ਆਨਲਾਈਨ ਕਲਾਸਿਸ ਕਿਵੇਂ ਦਿੰਦੇ ਹੋ ਆਨਲਾਈਨ ਬੱਚਿਆਂ ਦਾ ਸੈਸ਼ਨ ਹੁੰਦਾ ਵਾ ਟਰਨ ਬਾਈ ਟਰਨ ਬੱਚਿਆਂ ਦੇ ਡੇਸ ਪਰ ਸੈੱਟ ਕੀਤੇ ਹੋਏ ਕਿ ਆਵਲੇ ਡੇ ਆਵਲੇ ਬੱਚੇ ਦੀ ਕਲਾਸ ਆ ਬੱਚੇ ਨੂੰ ਫਿਰ ਹਾਰਮੋਨੀਅਮ ਸੰ ਸਾਥ ਲਖਣਾ ਪੈਂਦਾ ਬੱਚੇ ਵੀ ਰੱਖਦੇ ਆ ਫਿਰ ਕਾਫੀ ਅਸੀਂ ਜਾਨਣਾ ਚਾਹੁੰਨੇ ਆ ਕਿ ਬੱਚੇ ਨੂੰ ਤੁਸੀਂ ਸਿਖਾਇਆ ਕੀ ਆ ਬਹੁਤ ਛੋਟੀ ਏਜ ਦਾ ਬੱਚਾ ਹੈਗਾ ਤੇ ਕੀ ਇਹ ਜਿਹੜਾ ਕੀ ਹੁਣ ਸਿੱਖਿਆ ਤੁਹਾਡੇ ਤੋਂ ਜਾਂ ਸਾਨੂੰ ਵੀ ਸੁਣਾਏਗਾ ਹਾਂਜੀ ਹਾਂਜੀ ਸਿਖਾਇਆ ਸੁਣਾਏਗਾ ਇਹਨੂੰ ਸਿਰਫ ਤਕਰੀਬਨ ਡੇਢ ਮਹੀਨਾ ਹੋਇਆ ਇੱਥੇ ਆਉਂਦੇ ਨੂੰ ਅੱਗੇ ਤੇ ਇਕ ਸ਼ਬਦ ਸਿਖਾਇਆ ਸੀ ਮਾਂ ਬੱਚੇ ਨੂੰ ਉਹ ਤੁਹਾਨੂੰ ਸੁਣਾਏਗਾ ਸਦਸ਼ਕੋ ਤੁਸੀਂ ਦੇ ਸਕੀ ਨੀ ਜ਼ਾ ਬੱਚੇ ਦੀ 11 ইয়ার্স ਸਦਸ਼ਕੋ 11 ਸਾਲ ਦਾ ਬੱਚਾ ਹੈ ਔਰ ਬਹੁਤ ਘਟ ਹੁੰਦੇ ਆ ਅੱਜ ਕੱਲ ਤਾਂ ਤੁਸੀਂ ਦੇਖ ਸਕਦੇ ਹੋ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਔਰ ਮਾਮਾ ਵੀ ਉਹਨਾਂ ਸਹਿਯੋਗ ਬੱਚੇ ਨੂੰ ਨਹੀਂ ਦਿੰਦੀਆਂ ਜਾਂ ਉਹਨਾਂ ਟਾਈਮ ਨਹੀਂ ਦਿੰਦੀਆਂ ਕਿ ਬੱਚਾ ਇੱਕ ਚੰਗੀ ਸਿੱਖ ਜਾਂ ਚੰਗੀ ਰਾਹ ਤੇ ਤੋਰ ਸਕੇ ਪਰ ਫਿਰ ਵੀ ਕੋਈ ਭੈਣਾ ਹੁੰਦੀਆਂ ਨੇ ਜਿਹੜੀਆਂ ਸਿੱਖੀ ਦੇ ਨਾਲ ਵੀ ਜੋੜਦੀਆਂ ਨੇ ਤੇ ਬੱਚਿਆਂ ਨੂੰ ਵੀ ਸੰਗੀਤ ਦੇ ਵਿੱਚ ਕਿਉਂਕਿ ਗੁਰਬਾਣੀ ਨੂੰ ਸ਼ਬਦਾਂ ਦੇ ਵਿੱਚ ਗਾਇਨ ਕਰਨਾ ਬੜਾ ਔਖਾ ਆ ਪਰ ਫਿਰ ਵੀ ਗੁਰੂ ਸਾਹਿਬ ਨੇ ਵੀ ਕਿਹਾ ਕਿ ਜਿਹੜੀ ਬਾਣੀ ਹੈਗੀ ਉਹਨਾਂ ਨੂੰ ਸ਼ਬਦਾਂ ਦੇ ਵਿੱਚ ਜ਼ਰੂਰ ਗਾਇਨ ਕਰਨਾ ਚਾਹੀਦਾ ਆ ਔਰ ਪ੍ਰਾਤਨ ਰਿਵਾਇਤ ਆ ਸਾਡੀ ਸਭ ਤੋਂ ਚੰਗਾ ਗਾ ਰਿਹਾ ਆ ਤੁਸੀਂ ਸੁਣੋ ਮੇਰਾ ਨਾਮ ਲਾਲਮਣੀ ਆਹ ਬਾਰੀ ਕਿਹੜਾ ਰਾਗ ਹੈ ਜਿਹੜੇ ਗਾਇਕ ਕਰਦੇ ਨੇ ਕਲਿਆਣ ਰਾਗ ਜੀ ਕਲਿਆਣ ਰਾਗ ਜੀ ਹੂੰ ਸੁਰਾਗਾ ਦੇ ਵਿੱਚ ਇਹ ਸ਼ੁਰੂਆਤ ਕਰਦੇ ਆ ਪਹਿਲਾ ਬੱਚੇ ਨੂੰ ਹਾਂਜੀ ਹਾਂਜੀ ਰਾਗ ਹੀ ਸਾਡਾ ਬੇਸ ਆ ਗੁਰਬਾਣੀ ਵੀ ਰਾਗਾਂ ਦੇ ਵਿੱਚ ਹੀ ਅੰਤਰਗੱਥੀ ਰਚੀ ਗਈ ਹੈ ਜੇ ਆਪਾਂ ਰਾਗਾਂ ਦੇ ਵਿੱਚ ਹੀ ਬੱਚੇ ਨੂੰ ਸਿਖਾਏ ਤਾਂ ਚੰਗੀ ਗੱਲ ਆ ਕਮ ਚੋ ਤੁਹਾਡੇ ਕੋਲ ਬੱਚੇ ਆਉਂਦੇ ਨੇ ਐਕਸਪੀਰੀਅੰਸ ਸ਼ੇਅਰ ਕਰਦੇ ਹੋਣੇ ਘਰ ਦਾ ਕਿਵੇਂ ਦਾ ਉਹਨਾਂ ਦਾ ਮਾਹੌਲ ਹੁੰਦਾ ਕੀ ਕਦੇ ਉਹਨਾਂ ਨੇ ਤੁਹਾਡੇ ਨਾਲ ਸ਼ੇਅਰ ਕੀਤਾ ਕਿ ਸਾਨੂੰ ਇਹ ਮਤਲਬ ਕਿ ਮਾਹੌਲ ਹੀ ਨਹੀਂ ਮਿਲਿਆ ਕਿ ਅਸੀਂ 뮤ਜ਼ਿਕ ਦੇ ਵਿੱਚ ਆਈਏ ਸੰਗੀਤ ਸਿੱਖੀਏ ਸ਼ਬਦ ਗਾਇਨ ਕਰੀਏ ਸਕੂਲ ਦੇ ਵਿੱਚ بڑے ਬੱਚੇ ਆਉਂਦੇ ਨੇ ਕਿ ਮੈਮ ਅਸੀਂ 뮤ਜ਼ਿਕ ਸਿੱਖਣਾ ਚਾਹੁੰਦੇ ਪਰ ਘਰ ਦੇ ਕਹਿੰਦੇ ਆ 뮤ਜ਼ਿਕ ਚੰਗੀ ਚੀਜ਼ ਨਹੀਂ ਹੈ ਸੰਗੀਤ ਕੀ ਚੀਜ਼ ਹੈ ਤੇ ਇੱਕ ਬੱਚੇ ਨੇ ਜਿਹੜਾ ਨੈਸ਼ਨਲ ਲੈਵਲ ਤੇ ਇੱਕ ਅਵਾਰਡ ਆਇਆ ਬੱਚੇ ਦਾ ਫਰਸਟ ਆਇਆ ਉਹ ਉਹਦੇ ਪਾਪਾ ਕਹਿੰਦੇ ਸੀ 뮤ਜ਼ਿਕ ਨੂੰ ਛੱਡ ਕੇ ਨਾ ਕੋਈ ਸਪੋਰਟਸ ਲੈ ਲਓ ਮਿਊਜ਼ਿਕ ਕੀ ਚੀਜ਼ ਆ ਕੀ ਹੈ ਨਾ ਬਾਕੀ ਫਿਰ ਬੱਚੇ ਤਾਂ ਜਦੋਂ ਦੇਖਿਆ ਕਿ ਪ੍ਰਾਈਜ਼ ਆਏ ਬੱਚੇ ਚ ਟੈਲੈਂਟ ਆਇਆ ਹੈ ਨਾ ਬੱਚੇ ਦੀ ਇਮੋਸ਼ਨਸ ਬਾਹਰ ਆਏ ਮਿਊਜ਼ਿਕ ਦੇ ਥਰੂ ਫਿਰ ਕਾਫੀ ਬੱਚਿਆਂ ਨੇ ਮਤਲਬ ਆਪਣਾ ਕੀਤਾ ਹੈ ਕਿ ਮੈਮ ਅਸੀਂ ਮਿਊਜ਼ਿਕ ਹੀ ਅਡਾਪਟ ਕਰਨਾ ਹੈ ਕਾਰਨ ਕੀ ਲੱਗਦਾ ਤੁਹਾਨੂੰ ਕਿਉਂ ਬੱਚੇ ਅਡਾਪਟਿੰਗ ਕਰ ਰਹੇ ਮਿਊਜ਼ਿਕ ਜੇ ਉਹ ਕਰਨਾ ਚਾਹੁੰਦੇ ਤੇ ਪੇਰੈਂਟਸ ਉਹਨਾਂ ਨੂੰ ਰੱਖਣ ਨਹੀਂ ਦਿੰਦੀ ਹੈਗੀ ਇਹ ਵੀ ਇੱਕ ਕਾਰਨ ਆ ਉਸ ਤੋਂ ਇਲਾਵਾ ਇੱਕ ਕਾਰਨ ਹੈ ਕਿ ਮਿਊਜ਼ਿਕ ਜਿਹੜੀ ਹੈ ਕਲਾਸਿਕਲ ਸਿੱਖਣਾ ਬਹੁਤ ਔਖਾ ਬੱਚੇ ਅੱਜਕੱਲ ਕਹਿੰਦੇ ਕਿ ਥੋੜਾ ਜਿਹਾ Song ਸਿੱਖੀਏ ਗਾਣੇ ਗੁਣੇ ਗਾਈਏ ਤੇ ਪਪੂਲਰ ਹੋ ਜਾਈਏ ਬਸ ਸੋਸ਼ਲ ਮੀਡੀਆ ਅੱਜਕੱਲ ਕਹਿ ਸਕਦੇ ਬਹੁਤ ਜ਼ਿਆਦਾ ਮਸ਼ਹੂਰ ਹੈ ਉੱਥੇ ਫੇਮਸ ਹੋ ਜਾਂਦੇ ਨੇ ਹਾਂਜੀ ਹਾਂਜੀ ਚਾਹੀਓ ਛੋਟਾ ਜਿਹਾ ਬੱਚਾ ਹੋਵੇ ਗਾਉਂਦਾ ਗਾਉਂਦਾ ਹੀ ਪਰ ਇਹ ਚੀਜ਼ ਕਲਾਸਿਕਲ ਬਹੁਤ ਮੁਸ਼ਕਲ ਤੁਸੀਂ ਕਲਾਸਿਕਲ ਹੀ ਸਿਖਾਉਂਦੇ ਹੋ ਫਿਰ ਕਲਾਸਿਕਲ ਵੀ ਸਿਖਾਦੇ ਨੇ ਲਾਈਟ ਵੀ ਸਿਖਾਦੇ ਨੇ ਜੀ ਸੋ ਕਿਹੜੇ ਬੱਚਿਆਂ ਨੇ ਜਿਹੜਾ ਕਿ ਨੈਸ਼ਨਲ ਲੈਵਲ ਤੱਕ ਪ੍ਰਾਈਜ਼ ਜਿੱਤਿਆ ਸੋ ਅਸੀਂ ਦੇਖ ਵੀ ਰਹੀਆਂ ਪ੍ਰਾਈਜ਼ ਬਹੁਤ ਪਈ ਹੋਏ ਨੇ ਬੱਚਿਆਂ ਨੇ ਵੀ ਜਿੱਤਿਆ ਉਹਨਾਂ ਨੇ ਇੱਕ ਟੀਚਰ ਨੂੰ ਵੀ ਜਦੋਂ ਅਵਾਰਡ ਆਨਰ ਆਫ ਦਾ ਅਵਾਰਡ ਮੈਨੂੰ ਤਿੰਨ ਪ੍ਰਾਈਜ਼ ਉਹਦੇ ਵਿੱਚ ਮਿਲੇ ਸੀਗੇ ਬੱਚਿਆਂ ਦੇ ਲਈ ਓਵਰਆਲ ਟਰੋਫੀ ਵੀ ਮਿਲੀ ਸੀਗੀ ਜੀ ਸੋ ਦਰਸ਼ਕੋ ਤੁਸੀਂ ਦੇਖ ਵੀ ਸਕਦੇ ਹੋ ਜਰੂਰ ਅਸੀਂ ਇਹਨਾਂ ਦੀ ਜੋ ਪ੍ਰਾਪਤੀ ਇਹਨਾਂ ਨੇ ਕੀਤੀ ਆ ਦਿਖਾਣਾ ਚਾਹਾਂਗੇ ਤੁਸੀਂ ਦੇਖ ਸਕਦੇ ਹੋ ਇੱਥੇ ਲਿਖਿਆ ਵੀ ਹੋਇਆ ਅਵਾਰਡ ਆਫ ਆਨਰ ਰਿਕਵਲ ਜੋਤਕਾਰ ਲਿਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਸੋ ਬਹੁਤ ਕਾਰਟ ਹੁੰਦੇ ਨੇ ਜਿਹੜੇ ਕਿ 뮤직 ਲਾਈਨ ਦੇ ਵਿੱਚ ਹੀ ਅੱਗੇ ਜਾਂ ਆਪ ਤੇ ਕਰਨਾ ਨਾਲ ਬੱਚਿਆਂ ਨੂੰ ਵੀ ਜੋੜਨਾ ਬਹੁਤ ਮੁਸ਼ਕਲ ਹੁੰਦਾ ਕਈ ਵਾਰ ਬੱਚਿਆਂ ਤੋਂ ਇਰੀਟੇਟਿਵ ਹੋ ਜਾਈਦਾ ਜਦੋਂ ਬੱਚਾ ਸਿੱਖਦਾ ਨਹੀਂ ਤੁਹਾਨੂੰ ਵੀ ਲੱਗਦਾ ਆ ਕਿ ਬੱਚਾ ਮਤਲਬ ਕਿ ਇਰੀਟੇਟ ਕਰਦਾ ਜਾਂ ਬੱਚੇ ਨੂੰ ਸਿਖਾਉਣਾ ਮੁਸ਼ਕਲ ਹੋ ਜਾਂਦਾ ਆ ਨਹੀਂ ਕਿਤੇ ਕਿਤੇ ਬੱਚੇ ਨੂੰ ਸਿਖਾਉਣਾ ਮੁਸ਼ਕਲ ਹੋ ਜਾਂਦਾ ਬਾਕੀ ਤਾਂ ਠੀਕ ਹੋ ਜਾਂਦਾ ਸਾਰਾ ਕੁਝ ਪੇਸ਼ੈਂਸੀ ਤੁਹਾਨੂੰ ਸੰਗੀਤ ਪੇਸ਼ੈਂਸੀ ਸਿਖਾਉਂਦਾ ਸਹਿਜਤਾ ਹੀ ਸਿਖਾਉਂਦਾ ਜੀ ਔਰ ਕੀ ਕੋਈ ਐਹੋ ਜਿਹੇ ਬੱਚੇ ਵੀ ਤਿਆਰ ਕੀਤੇ ਆ ਮਿਊਜ਼ ਕੀਰਤਨ ਦੇ ਵਿੱਚ ਕਲਾਸਿਕਲ ਸ਼ਬਦਾਂ ਦੇ ਵਿੱਚ ਜਿਹੜੇ ਕਿ ਵਧੀਆ ਲੈਵਲ ਤੱਕ ਗਏ ਹੋਣ ਹਾਂਜੀ ਕਾਫੀ ਬੱਚਾ ਨੂੰ ਸਿਖਾਉਣ ਦਾ ਮੌਕਾ ਮਿਲਿਆ ਜਿਵੇਂ ਮੈਂ ਅੰਮ੍ਰਿਤਸਰ ਦੇ ਵਿੱਚ ਸੀਗੀ ਸਟੱਡੀ ਲਾਈਨ ਦੇ ਵਿੱਚ ਦੇ ਨਾਲ-ਨਾਲ ਮੈਂ ਆਪਣਾ 뮤직 ਵੀ ਸਟਾਰਟ ਰੱਖਿਆ ਬੱਚਾ ਨੂੰ ਸਿਖਾਉਂਦੀ ਰਹੀ ਕਾਫੀ ਮੇਰੇ ਕੋਲ ਟਵਿਨਸ ਜ਼ਿਆਦਾ ਬੱਚਾ ਹੁੰਦੇ ਸੀਗੇ ਜ਼ਿਆਦਾ ਟਵਿਨਸ ਬੱਚੇ ਆਉਣੇ ਚ ਗਰਲਸ ਆਉ ਵੀ ਟਵਿਨਸ ਆਉਣੇ ਬॉयਜ਼ ਆਉ ਵੀ ਟਵਿਨਸ ਆਉਣੇ ਤੇ ਉਹਨਾਂ ਨੂੰ ਹੁਣ ਵੀ ਮੈਂ ਆਨਲਾਈਨ ਸਿਖਿਆ ਦਿੰਦੀ ਆ ਤੇ ਉਹਦੇ ਵਿੱਚ ਉਹਦੇ ਦੌਰਾਨ ਮੈਨੂੰ ਨਾ ਸਿੱਕਲੀਗੀਰਾਂ ਦੇ ਬੱਚੇ ਹੁੰਦੇ ਜਿਹੜੇ ਜਿਹੜੇ 뮤직 ਤੋਂ ਵਾਂਝੇ ਰਹਿ ਜਾਂਦੇ ਉਹਨਾਂ ਨੂੰ ਸਿਖਾਉਣ ਦਾ ਮੌਕਾ ਮਿਲਿਆ ਇੱਕ ٹرسٹ ਸੀਗੀ ਉਹਨੇ ਉਹਨਾਂ ਨੇ ਉਹਨਾਂ ਦੇ ਅੰਡਰ ਆਪਾਂ ਕੰਮ ਕੀਤਾ ਤੇ ਉਹਨਾਂ ਨੇ ਕਾਫੀ ਸਾਨੂੰ ਐਪਰੀਸ਼ੀਏਟ ਕੀਤਾ ਕਿ ਇਹਨਾਂ ਬੱਚਾ ਨੂੰ ਸੰਗੀਤ ਦੀ ਸਿੱਖਿਆ ਦੇਣੀ ਬਹੁਤ ਜ਼ਰੂਰੀ ਹੈ ਜਿਨ੍ਹਾਂ ਨੂੰ ਸੰਗੀਤ ਦੀ ਸਿੱਖਿਆ ਨਹੀਂ ਮਿਲਦੀ। ਕਮਲ ਜੀ ਤਾਂ ਇਹ ਸੰਗੀਤ ਦੇ ਨਾਲ ਨਾਲ ਅੱਗੇ ਤੁਹਾਡਾ ਏਮ ਕੀ ਹੈ? ਤੁਸੀਂ ਕੀ ਅੱਗੇ ਕਰਨਾ ਚਾਹੁੰਦੇ ਹੋ? ਮੇਰਾ ਜੀ ਏਮ ਹਜੇ ਮੇਰੀ ਰੀਸੈਂਟਲੀ ਐਮਏ ਕੰਪਲੀਟ ਹੋਈ ਹੈ ਤੇ ਮੇਰਾ ਪੀਐਚਡੀ ਦਾ ਮਨ ਹੈ। ਮ ਹਸਬੰਡ ਦੀ سپورਟ ਨਾਲ ਹਾਂਜੀ 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 ਹਸਬੰਡ ਦੀ سپورਟ ਨਾਲ ਸੋ ਹਸਬੰਡ ਦੀ ਗੱਲ ਕਰ ਰਿਹਾ ਸਾਡੇ ਨਾਲ ਜਸਪ੍ਰੀਤ ਵੀਰ ਨੇ ਜਿਹੜੇ ਕਿ ਇਹਨਾਂ ਦੇ ਹਸਬੰਡ ਨੇ ਜਿਹੜੇ ਖੁਦ ਵੀ ਇੱਕ ਸੰਸਥਾ ਚਲਾ ਰਹੇ ਨੇ ਆਕਾਸ਼ਾ ਯੂਥ ਕਲੱਬ ਤੇ ਅੱਜ ਵੀ ਇਹ ਦੋਨੋਂ ਕਪਲ ਨੇ ਜਿਹੜੇ ਕਿ ਲੁਧਿਆਣੇ ਦੇ ਵਿੱਚ ਇੱਕ ਆਪਣਾ ਨਾਮ ਕਾਇਮ ਕੀਤਾ ਇਹਨਾਂ ਨੇ ਕਈ ਸਮਾਜ ਸੇਵੀ ਕੰਮ ਜਿਹੜੇ ਕਿ ਫ੍ਰੀ ਆਫ ਕੋਸਟ ਕਰਦੇ ਨੇ ਤੇ ਕਈ ਕੈਂਪ ਵੀ ਹੈਗੇ ਜਿਹੜੇ ਜਿਸ ਤਰ੍ਹਾਂ ਦਾ ਸਤਾਰ ਕੈਂਪ ਹੈਗੇ ਕਰੀ ਕੁਲ ਐਕਟੀਵਿਟੀਜ਼ ਜੋ ਵੀ ਹੁੰਦੀਆਂ ਉਹ ਵੀ ਇਹ ਨਾਲ ਜਿਹੜਾ ਸਿਖਾਉਂਦੇ ਨੇ ਤੇ ਸਪੋਰਟ ਵੀ ਕਰਦੇ ਨੇ ਕਮਜੋਸੋ ਉਹਨਾਂ ਨਾਲ ਵੀ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਪੀ ਸਿੰਘ ਜੀ ਪਹਿਲਾਂ ਤਾਂ ਅਸੀਂ ਇਹੀ ਜਾਣਨਾ ਚਾਹੁੰਨੇ ਆ ਤੁਹਾਡੀ ਲਾਈਫ ਹੀ ਕਹਿ ਸਕਦੇ ਆ ਕਿ ਪਤਨੀ ਐ ਬਹੁਤ 뮤직 ਦੇ ਵਿੱਚ ਅੱਗੇ ਗਏ ਆ ਹੁਣ ਥੋੜਾ ਵੀ ਸਾਥ ਦੇ ਰਹੇ ਕਿਵੇਂ ਤਾਂ ਲੱਗ ਰਿਹਾ ਤੁਹਾਨੂੰ ਮੈਨੂੰ ਬਹੁਤ ਵਧੀਆ ਲੱਗ ਰਿਹਾ ਉਸ ਔਕਾਤਪੁਰਖ ਦਾ ਸ਼ੁਕਰਾਨਾ ਜਿਨ੍ਹਾਂ ਨੇ ਮੈਨੂੰ ਇਸ ਤਰ੍ਹਾਂ ਦਾ ਹਮਸਫਰ ਬਖਸ਼ਿਆ ਸੋ ਜਣੀ ਇਹ ਚੀਜ਼ ਇਦਾਂ ਦੀ ਹੈ ਜਿਹੜੀ ਬਿਆਨ ਨਹੀਂ ਕਰ ਸਕਦੇ ਜੀ ਇਹ ਸਮਾਂ ਇਦਾਂ ਦਾ ਕਿ ਜਦੋਂ ਅੱਜ ਤੁਸੀਂ ਸਾਡੇ ਕੋਲ ਪਹੁੰਚੇ ਹੋ ਸੋ ਮੈਂ ਤੁਹਾਨੂੰ ਆਪਣੇ ਉਹ ਸ਼ਬਦ ਨਹੀਂ ਹੈ ਮੇਰੇ ਕੋਲ ਕਹਿਣ ਲਈ ਕਿ ਮੈਨੂੰ ਵਾਇਗਰੂ ਨੇ ਕਿੰਨੀ ਕਿਰਪਾ ਕੀਤੀ ਹੈ ਕਿਸ ਤਰ੍ਹਾਂ ਦਾ ਮੈਨੂੰ ਸਾਥ ਦਿੱਤਾ ਮੇਰੇ ਦਾਦੀ ਜੀ ਸੀ ਜੋ ਉਹਨਾਂ ਦਾ ਸ਼ੁਰੂ ਤੋਂ ਸ਼ੌਂਕ ਸੀ ਕਿ ਮੈਂ 뮤직 ਸਿੱਖਾਂ ਜੀ ਪਰ ਸਮੇਂ ਦੀ ਮਤਲਬ ਕਹਿ लो ਵੀ ਨਜਾਕਤਾ ਇਦਾਂ ਦੀ ਸੀ ਉਹਨਾਂ ਨੇ ਮੈਨੂੰ ਸਿੱਖਣ ਲਗਾਇਆ ਵੀ ਮੈਂ ਸਿੱਖਣ ਗਿਆ ਕੁਝ ਸ਼ਬਦ ਸਿੱਖੇ ਸ਼ੁਰੂਆਤ ਕੀਤੀ ਉਸ ਤੋਂ ਬਾਅਦ ਜਿਹੜੇ ਉਸਤਾਦ ਜੀ ਕੋਲ ਮੈਂ ਸਿੱਖਦਾ ਸੀ ਤਾਂ ਉਹਨਾਂ ਨੇ ਮੈਨੂੰ ਜਦੋਂ ਸਿਖਾਇਆ ਤਾਂ ਮੈਨੂੰ ਯਾਦ ਹੈ ਕਿ ਉਹਨਾਂ ਦੇ ਕੁਝ ਸਮੇਂ ਬਾਅਦ ਉਹ ਬਿਮਾਰ ਹੋ ਗਏ ਤੇ ਉਸ ਤੋਂ ਬਾਅਦ ਮੈਂ ਸਿੱਖ ਨਹੀਂ ਪਾਇਆ ਪ੍ਰੋਫੈਸਰ ਪ੍ਰੀਤਮ ਸਿੰਘ ਉਹਨਾਂ ਦਾ ਨਾਮ ਸੀ ਸੋ ਉਸ ਤੋਂ ਬਾਅਦ ਮੈਂ 뮤직 ਤੋਂ ਫਿਰ ਦੁਬਾਰਾ ਦੂਰ ਹੋ ਗਿਆ ਤੇ ਮੇਰੇ ਦਾਦੀ ਜੀ ਦਾ ਸੁਪਨਾ ਸੀ ਕਿ ਮੇਰੇ ਬੱਚੇ ਮੇਰੇ ਪੋਤੇ 뮤직 ਵਧਿਆ ਕਰਨ ਤੇ ਵਧੀਆ ਤਰੀਕੇ ਨਾਲ 뮤직 ਦੇ ਵਿੱਚ ਅੱਗੇ ਵਧਣ ਤੇ ਖਾਸ ਕਰਕੇ ਚੌਧਰੀ ਸਿੱਕੀ ਟੀਵੀ ਤੇ ਆ ਸਕਣ ਪਰ ਮੈਂ ਸਿੱਖ ਉਹਨਾਂ ਨਹੀਂ ਪਾਇਆ ਮੈਨੂੰ ਇੱਕ ਸ਼ੌਂਕ ਪੈਦਾ ਹੋ ਗਿਆ ਸੀ ਕਿ ਕੋਈ ਮਿਊਜ਼ਿਕ ਸਿੱਖ ਨਹੀਂ ਪਾਇਆ ਪਰ ਮੈਂ ਸਿਖਾਉਣ ਵਿੱਚ ਕਿਸੇ ਦੀ ਮਦਦ ਕਰ ਸਕਾਂ ਜੀ ਸੋ ਜਿਸ ਨੂੰ ਦੇਖਦੇ ਤੁਸੀਂ ਪਹਿਲਾਂ ਵੀ ਮੇਰੇ ਤੋਂ ਇੱਕ ਵਾਰ ਪੁੱਛਿਆ ਸੀ ਜੀ ਅੱਜ ਤੋਂ ਕਾਫੀ ਸਮਾਂ ਪਹਿਲਾਂ ਕਿ ਜਦੋਂ ਅਸੀਂ ਕੈਂਪ ਲਗਵਾਨੇ ਆ ਤਾਂ ਕੈਂਪਾਂ ਦੇ ਵਿੱਚ ਅਸੀਂ ਮਿਊਜ਼ਿਕ ਤਬਲਾ ਆਰਟ ਐਂਡ ਕਰਾਫਟ ਸਟਿਚਿੰਗ ਪੇਂਟਿੰਗ ਅਜਿਹਾ ਸਾਰੀਆਂ ਚੀਜ਼ਾਂ ਨੂੰ ਇਕੱਤਰ ਕੀਤਾ ਜਿਨ੍ਹਾਂ ਨੂੰ ਸਿੱਖਣ ਤੋਂ ਬਾਅਦ ਬੱਚੇ ਆਪਣਾ ਰੋਜ਼ਗਾਰ ਪੈਦਾ ਕਰ ਸਕਦੇ ਜੀ ਸੋ ਉਸ ਦੇ ਨਾਲ ਨਾਲ ਫਿਰ ਵਾਹਿਗੁਰੂ ਦੀ ਕਿਰਪਾ ਹੋਈ ਸੋ ਮਾਲਕ ਨੇ ਐਸੀ ਕਿਰਪਾ ਕੀਤੀ ਕਿ ਜੋ ਸ਼ੌਂਕ ਮੇਰੇ ਦਾਦੀ ਜੀ ਮੇਰੇ ਚ ਪੂਰਾ ਕਰਨਾ ਚਾਹੁੰਦੇ ਸੀ ਸੋ ਮੇਰੇ ਹਮਸਫਰ ਦੇ ਵਿੱਚ ਉਹ ਪੂਰਾ ਹੋਇਆ ਜੀ ਬਹੁਤ ਬਹੁਤ ਧੰਨਵਾਦ ਬਹੁਤ ਖੁਸ਼ੀ ਹੋਈ ਹੈ ਤੁਹਾਨੂੰ ਮਿਲ ਕੇ ਵੀ ਸੋ ਦਰਸ਼ਕੋ ਬਹੁਤ ਘੱਟ ਹੁੰਦੇ ਨੇ ਜਿਨ੍ਹਾਂ ਦੇ ਘਰ ਵਿੱਚ ਗੁਰਸਿੱਖੀ ਬੂਤਾ ਵੀ ਲੱਗਾ ਹੋਵੇ ਉਹ ਖੁਦ ਪਰਿਵਾਰ ਵੀ ਗੁਰਸਿੱਖ ਹੋਵੇ ਤਾਂ ਉਹਨਾਂ ਗੁਰਸਿੱਖੀ ਅਸੂਲਾਂ ਤੇ ਵੀ ਚੱਲਦੇ ਹੋਇਆ ਤੁਹਾਡੇ ਰੂਬਰੂ ਇਹ ਪਰਿਵਾਰ ਜਿਹੜਾ ਇਹ ਜੋੜਾ ਕੀਤਾ ਕਿ ਕਿਸ ਤਰੀਕੇ ਦੇ ਨਾਲ ਸਮਾਜ ਸੇਵੀ ਕੰਮ ਕਰਦੇ ਆ ਦੇ ਨਾਲ ਨਾਲ ਹੀ ਮਿਊਜ਼ਿਕ ਦੇ ਵਿੱਚ ਵੀ ਬੱਚਿਆਂ ਨੂੰ ਜੋੜ ਰਹੇ ਨੇ ਹੋਰ ਵੀ ਕਈ ਐਦਾਂ ਦੇ ਕੈਂਪ ਲਾਉਂਦੇ ਨੇ ਜਿਹਦੇ ਨਾਲ ਅੱਗੇ ਬੱਚਿਆਂ ਨੂੰ ਵੀ ਰੋਜ਼ਗਾਰ ਮਿਲਦਾ ਸੋ ਅੱਜ ਸਮੇ ਦੀ ਲੋੜ ਹੈ ਕਿਉਂਕਿ ਰੋਜ਼ਗਾਰ ਜਿਹੜਾ ਸਾਡਾ ਪੂਰੇ ਦੇਸ਼ ਦੇ ਵਿੱਚ ਬਹੁਤ ਘੱਟ ਹੈ ਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਇਸ ਤਰੀਕੇ ਦੇ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਕੋਈ ਕਾਰਜ ਜਿਹੜੇ ਉਹ ਆਰੰਭ ਕਰਨ ਦਾ ਕੁਝ ਜ਼ਿੰਮਾ ਇਹਨਾਂ ਨੇ ਵੀ ਚੁੱਕਿਆ ਹੋਇਆ ਸੋ ਜੁੜਿਆ ਰਿਹਾ ਰਜ਼ਾਨਾ ਸਪੋਕਸਮੈਨ ਦਾ ਧੰਨਵਾਦ